ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਤਹਿਸੀਲ ਫਲੌਰ ਦੀ ਪੁਲਿਸ ਚੌਂਕੀ ਲਸਾੜਾ ਦੀ ਨੌਂ ਦੇ ਪਿੰਡ ਥਲਾ ਵਿਖੇ ਬੀਤੀ ਰਾਤ 11 ਵਜੇ ਕੁਝ ਅਣਪਛਾਤੇ ਚੋਰ ਘਰ ਦੀ ਕੰਧ 'ਚ ਖੇਤਾਂ ਵਾਲੇ ਪਾਸਿਓਂ ਸੰਨ ਲਗਾ ਕੇ ਸਮਾਨ ਚੋਰੀ ਕਰਕੇ ਲੈ ਗਏ। ਘਟਨਾ ਦਾ ਸ਼ਿਕਾਰ ਹੋਏ ਵਿਅਕਤੀ ਜਰਨੈਲ ਸਿੰਘ ਨੇ ਦੱਸਿਆ ਕਿ ਉਹ ਕੂਲਰ ਲਗਾ ਕੇ ਆਪਣੇ ਵਿਹੜੇ ਵਿੱਚ ਪਿਆ ਸੀ, ਜਦਕਿ ਪਰਿਵਾਰ ਦੇ ਦੂਜੇ ਮੈਂਬਰ ਉਹਨਾਂ ਦੇ ਰਿਸ਼ਤੇਦਾਰਾਂ ਦੀ ਕੋਠੀ ਵਿੱਚ ਪਏ ਸਨ। ਇਸ ਦੌਰਾਨ ਚੋਰ ਕੰਧ ਪਾੜ ਕੇ ਇੱਕ ਘੜੀ, ਇੱਕ ਜੋੜਾ ਸੋਨੇ ਦੇ ਟੌਪ ਅਤੇ ਇੱਕ ਤਵੀਤ ਸੋਨੇ ਦਾ ਇੱਕ ਚਾਂਦੀ ਦੀ ਚੈਨ ਚੋਰੀ ਕਰਕੇ ਲੈ ਗਏ। ਇਸ ਸੰਬੰਧੀ ਉਹਨਾਂ ਪੁਲਿਸ ਚੌਂਕੀ ਲਸਾੜਾ ਨੂੰ ਸੂਚਿਤ ਕਰ ਦਿੱਤਾ ਹੈ। ਪਰਮਜੀਤ ਸਿੰਘ ਚੌਂਕੀ ਇੰਚਾਰਜ ਲਸਾੜਾ ਨੇ ਮੌਕੇ ਦਾ ਮੁਆਇਨਾ ਕਰਨ ਉਪਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਅਪਰਾ ਤੋਂ ਬੂਟਾ ਸਿੰਘ ਢੀਂਡਸਾ ਦੀ ਰਿਪੋਰਟ। ਮੈਂ ਜਰਨੈਲ ਸਿੰਘ ਅਤੇ ਮੈਂ ਬਾਹਰ ਪਿਆ ਸੀ ਵਿਹੜੇ 'ਚ, ਅਤੇ ਮੈਂ ਅੰਦਰ ਬੱਤੀ ਜਗਦੀ ਦੇਖੀ ਅਤੇ ਮੈਂ ਜਦੋਂ ਦਰਵਾਜ਼ਾ ਖੋਲ੍ਹਣ ਲੱਗਾ ਅਤੇ ਦਰਵਾਜ਼ਾ ਖੁੱਲ੍ਹਿਆ ਨਹੀਂ, ਧੱਕੇ ਮਾਰੇ ਨਹੀਂ ਖੁੱਲ੍ਹਿਆ। ਅਤੇ ਫਿਰ ਮੁੰਡਿਆਂ ਨੂੰ ਫੋਨ ਕੀਤਾ ਅਤੇ ਉਹਨੇ ਆ ਕੇ ਪੌੜੀ ਲਾ ਕੇ ਪਿਛਲੇ ਪਾਸੇ ਦੇਖਿਆ ਅਤੇ ਪਿਛਲੇ ਪਾਸੇ ਕੰਧ ਪਾੜ ਕੇ ਬਹੁਤ ਸਮਾਨ ਕੱਟ ਕੱਟ ਸਿੱਟਿਆ ਹੋਇਆ ਸੀਗਾ ਅਤੇ ਕੱਪੜੇ ਸਿੱਟੇ ਸੀ, ਇੱਟਾਂ ਕੱਢੀਆਂ ਸੀ ਸਾਰੀਆਂ। ਹਾਂਜੀ, ਅਤੇ ਨੁਕਸਾਨ ਤੁਹਾਨੂੰ ਪਤਾ, ਨੁਕਸਾਨ ਬਹੁਤ ਹੋਇਆ। ਅਤੇ ਚੋਰ ਕੀ ਲੈ ਕੇ ਗਏ ਜੀ? ਜੀ, ਚੋਰ ਕੀ ਲੈ ਕੇ ਗਏ? ਕੀ ਸਮਾਨ ਚੋਰੀ ਹੋਇਆ? ਚੋਰ ਚੈਨੀ ਲੈ ਗਏ ਆ, ਇੱਕ ਨੋਟ ਸੀ, ਬਾਕੀ ਕੁੜੀਆਂ ਦਾ ਸਮਾਨ ਸੀ ਜਿਹੜਾ ਕੰਨਾਂ ਕੁੰਨਾਂ 'ਚ ਪਾਇਆ ਹੁੰਦਾ, ਇਹ ਸੀ। ਘੜੀਆਂ ਦੋ ਲੈ ਗਏ, ਬਾਕੀ ਹਾਲੇ ਸਮਾਨ ਹੋਰ ਚੈੱਕ ਨਹੀਂ ਕੀਤਾ। ਬਿਰਜਾਂ ਬਿਰਜਾਂ 'ਚੋਂ ਵੀ, ਅਲਮਾਰੀਆਂ 'ਚੋਂ ਵੀ ਸਾਰਾ ਲੈ ਗਏ ਸਮਾਨ। ਅਤੇ ਕਿੰਨੇ ਕੁ ਦਾ ਸਮਾਨ ਸੀ ਤੁਹਾਡਾ ਇਹ? ਆਈਡੀਆ 8-10 ਹਜ਼ਾਰ ਦਾ ਸੀ ਸਮਾਨ। ਪਿਛਲੇ ਪਾਸੇ ਤੁਹਾਡੇ ਮਕਾਨ ਲੱਗਦੇ ਜਾਂ ਕੀ ਆ? ਨਹੀਂ ਜੀ, ਪਿਛਲੇ ਪਾਸੇ ਖੇਤ ਲੱਗਦੇ, ਝੋਨਾ ਬੀਜਿਆ। ਤੇ ਤੁਸੀਂ ਪੁਲਿਸ ਨੂੰ ਕੀ ਸੂਚਿਤ ਕਰਤਾ? ਹਾਂ ਜੀ, ਪੁਲਿਸ ਨੂੰ ਜੇ ਸੱਦਿਆ ਸੀ, ਸਰਪੰਚ ਸਾਹਿਬ ਆਏ ਸਾਡੇ ਬਲਾਕ ਸਮਿਤੀ ਮੈਂਬਰ, ਅਤੇ ਇਹਨੇ ਫੋਨ ਕੀਤਾ ਸੀ, ਉਹ ਆ ਕੇ ਪੁਲਿਸ ਕਰਦੇ ਗਏ ਸੀ, ਫੋਟੋ ਵੀ ਖਿੱਚੀਆਂ ਉਹਨੇ, ਅਤੇ ਲੈ ਕੇ ਵੀ ਲੈ ਗਿਆ ਸੀ ਕੀ ਨੁਕਸਾਨ ਹੋਇਆ। ਇਹ ਰਾਤ ਕਿੰਨੇ ਕੁ ਵਜੇ ਦੀ ਵਾਰਦਾਤ ਹੈ ਜੀ? 11:30 ਵਜੇ ਜੀ, 11:30-12 ਵਜੇ। ਤੇ ਪੁਲਿਸ ਨੂੰ ਤੁਸੀਂ ਰਾਤੀ ਸੂਚਿਤ ਕੀਤਾ ਸੀ ਜਾਂ ਸਵੇਰੇ ਕੀਤਾ? ਹਾਂ ਜੀ, ਉਹਨੂੰ 9-8 ਵਜੇ ਦੱਸਤਾ। ਤੇ ਪੁਲਿਸ ਕਿੰਨੇ ਵਜੇ ਪਹੁੰਚੀ? ਉਸੇ ਵੇਲੇ ਉਸ ਨਾਲ ਆ ਕੇ ਅਸੀਂ ਗੱਲ ਕੀਤਾ।